ਵੀ ਉਹ ਇੱਥੇ ਬਾਲ ਬੂਲ ਜੇ ਮਨਾਉਂਦੇ, ਮੈਨੂੰ ਤਾਂ ਜਨਾਨੀਆਂ ਦਾ ਨਾਮ ਨਹੀਂ ਲੈਣਾ ਆਉਂਦਾ, ਜਿਹੜਾ ਮੂੰਹ ਮਾਂ ਜਾਂ ਸੈੱਲਦੀਆਂ ਨੇ ਉਹ ਹੋਸਟਲ ਸਲਈਆ ਜਾਂ ਕਰਦੀਆਂ ਨੇ, ਅਤੇ ਉਹਦੇ ਕਰਕੇ ਵੀ ਸਾਨੂੰ ਪਤਾ ਲੱਗਾ ਵੀ ਗੁਰੂ ਘਰ ਦੇ ਵਿੱਚ ਇਹ ਕੰਮ ਨਹੀਂ ਹੋਣਾ ਚਾਹੀਦਾ, ਅਸੀਂ ਰੋਕਣ ਵਾਸਤੇ ਆਏ ਹਾਂ। ਵੀ ਆਉਂਦੀਆਂ ਨੇ ਜਨਾਨੀਆਂ ਆਉਂਦੀਆਂ ਨੇ ਵੀ ਉਹ ਮਾੜਾ ਮੋਟਾ ਜੂੜਾ ਜਿਹੜਾ ਜਿਹਾ ਕਰਾ ਜਾਂਦੇ, ਵੀ ਗੁਰੂ ਘਰ ਦੇ ਵਿੱਚ ਜਦੋਂ ਜੂੜਾ ਕਰਾਂਗੇ ਤਾਂ ਕੇਸ ਤਾਂ ਖੁੱਲ੍ਹਣਾ ਹੀ ਹੈ। ਤੇ ਇਹ ਚੀਜ਼ਾਂ ਨੂੰ ਆਪਾਂ ਕਵਰ ਕਰੀਏ ਤੇ ਚੰਗੀ ਗੱਲ ਨਹੀਂ ਹੈਗੀ ਕਿ ਜੋ ਵੀ ਅਸੀਂ ਮੁੱਖ ਜਹੇਦਾਰ ਕੁਲਵਿੰਦਰ ਸਿੰਘ ਜੀ ਚੌਂਤੇ ਵਾਲੇ ਅਤੇ ਜਹੇਦਾਰ ਕੁਲਵਿੰਦਰ ਸਿੰਘ ਜੀ ਅਤੇ ਰਾਜਾ ਰਾਜ ਸਿੰਘ ਜੀ ਅਤੇ ਅਸੀਂ ਸਾਰੀ ਜਹਿਬੰਦੀ ਵੱਲੋਂ ਅਸੀਂ ਆਏ ਹੋਏ ਇੱਥੇ ਇੱਥੇ ਜੋ ਕਿ ਸਾਡੀ ਡਿਊਟੀ ਲੱਗੀ ਹੋਈ ਆ ਵੀ ਕਿਸੇ ਵੀ ਗੁਰੂ ਘਰ ਦੇ ਵਿੱਚ ਬੇਅਦਬੀ ਹੁੰਦੀ ਆ ਜਾਂ ਕਿਤੇ ਕੋਈ ਏਸੀ ਵਾਲੀ ਤਾਰ ਜਾਂ ਕੋਈ ਵੀ ਇੱਦਾਂ ਦੀ ਗੱਲ ਹੁੰਦੀ ਆ ਵੀ ਸਾਨੂੰ ਉੱਥੇ ਪਹੁੰਚਣਾ ਪੈਂਦਾ ਹੈਗਾ, ਅਤੇ ਅੱਜ ਸਾਨੂੰ ਇੱਥੇ ਪਤਾ ਲੱਗਿਆ ਹੈਗਾ ਵੀ ਕੁਛ ਆਪਣੇ ਸੇਵਾਦਾਰ ਵੀ ਉਹ ਇੱਥੇ ਬਾਲ ਬੂਲ ਜੇ ਮਨਾਉਂਦੇ, ਮੈਨੂੰ ਤਾਂ ਜਨਾਨੀਆਂ ਦਾ ਨਾਮ ਨਹੀਂ ਲੈਣਾ ਆਉਂਦਾ, ਜਿਹੜਾ ਮੂੰਹ ਮਾਂ ਜਾਂ ਸੈੱਲਦੀਆਂ ਨੇ ਉਹ ਹੋਸਟਲ ਸਲਈਆ ਜਾਂ ਕਰਦੀਆਂ ਨੇ, ਅਤੇ ਉਹਦੇ ਕਰਕੇ ਵੀ ਸਾਨੂੰ ਪਤਾ ਲੱਗਾ ਵੀ ਗੁਰੂ ਘਰ ਦੇ ਵਿੱਚ ਇਹ ਕੰਮ ਨਹੀਂ ਹੋਣਾ ਚਾਹੀਦਾ, ਅਸੀਂ ਰੋਕਣ ਵਾਸਤੇ ਆਏ ਹਾਂ। ਵੀ ਜੋ ਸਾਡੀ ਕਮੇਟੀ ਗੁਰੂ ਘਰ ਦੀ ਹੈਗੀ ਆ ਉਹਨਾਂ ਨੇ ਕਹਿ ਦਿੱਤਾ ਵੀ ਇਹ 'ਤੇ ਅਸੀਂ ਸਖ਼ਤ ਤੋਂ ਸਖ਼ਤ ਕਾਰਵਾਈ ਕਰਾਂਗੇ। ਕਿਹੜਾ ਗੁਰਦੁਆਰਾ? ਗੁਰਦੁਆਰਾ ਕਿਹੜਾ? ਬਾਕੀ ਪ੍ਰਧਾਨ ਜੀ ਨਾਲ ਗੱਲ ਕਰੋ ਮਾੜਾ ਜਿਹਾ। ਕੀ ਨਾਮ ਆ ਬਾਈ? ਇਹ ਢੋਲੇ ਵਾਲ ਦੱਸੇ ਸਾਨੂੰ ਕੁਛ ਆਇਆ ਨਜ਼ਰ? ਹਾਂਜੀ ਹਾਂਜੀ, ਇੱਥੇ ਜਿਹੜੀ ਚੀਜ਼ ਆ ਨਾ ਸਾਡੇ ਕੋਲ ਵੀਡੀਓ ਰਿਕਾਰਡਿੰਗਾਂ ਪਈਆਂ ਨੇ ਜਿਨ੍ਹਾਂ ਨੇ ਸਾਨੂੰ ਫੋਨ ਕੀਤੇ ਆ, 3 ਮਹੀਨੇ ਤੋਂ ਫੋਨ ਆ ਰਿਹਾ ਸੀ। ਅਸੀਂ ਕਹਿੰਦੇ ਵੀ ਚੱਲ ਅੱਜ ਜਾਂਦੇ ਹਾਂ ਕੱਲ੍ਹ ਜਾਂਦੇ, ਫਿਰ ਪ੍ਰਧਾਨ ਸਾਹਿਬ ਜੀ ਬਾਹਰ ਗਏ ਸੀ ਕਿਤੇ, ਫਿਰ ਤਾਂ ਕਰਕੇ ਅਸੀਂ ਲੇਟ ਹੋ ਗਏ ਥੋੜ੍ਹੇ ਜਿਹੇ। ਉਸ ਤੋਂ ਬਾਅਦ ਫਿਰ ਅਸੀਂ ਜਦੋਂ ਪਹੁੰਚੇ ਇੱਥੇ ਤਾਂ ਔਨਲਾਈਨ ਕੈਮਰਾ ਬਾਈ ਜੀ ਵੀ ਮੰਨ ਗਿਆ ਵੀ ਆਉਂਦੇ ਹੈਗੇ ਆ, ਵੀ ਆਉਂਦੀਆਂ ਨੇ ਜਨਾਨੀਆਂ ਆਉਂਦੀਆਂ ਨੇ ਵੀ ਉਹ ਮਾੜਾ ਮੋਟਾ ਜੂੜਾ ਜਿਹੜਾ ਜਿਹਾ ਕਰਾ ਜਾਂਦੇ, ਵੀ ਗੁਰੂ ਘਰ ਦੇ ਵਿੱਚ ਜਦੋਂ ਜੂੜਾ ਕਰਾਂਗੇ ਤਾਂ ਕੇਸ ਤਾਂ ਖੁੱਲ੍ਹਣਾ ਹੀ ਹੈ। ਬਾਬਾ ਜੀ, ਇਹ ਤੁਸੀਂ ਮੁੱਦੇ ਚੱਕਦੇ ਹੋ ਵੀ ਸਿੱਖ ਕਮਿਊਨਿਟੀ ਨੂੰ ਲੈ ਕੇ ਬਾਰ ਬਾਰ ਕਹਿੰਦੇ ਹੋ, ਕਿਉਂ ਨਹੀਂ ਠੱਲ ਪੈ ਰਹੀ ਵੀ ਆਪਣੇ ਸਿੱਖ ਭਰਾਵਾਂ ਨੂੰ ਕਿਉਂ ਨਹੀਂ ਪਤਾ ਲੱਗ ਰਿਹਾ? ਦੇਖੋ ਜੀ, ਕੁਛ ਘਰ ਦੇ ਵਿੱਚ ਹੋਣਾ ਇੱਕ ਵੱਡਾ ਸਵਾਲ ਖੜਾ ਕਰਦਾ ਹੈ, ਹੁੰਦਾ ਸਵਾਲ ਵੱਡਾ। ਇਹ ਬੇਅਦਬੀ ਆਪਾਂ ਨੂੰ ਪ੍ਰਧਾਨਾਂ ਨੂੰ ਦੇਖਣਾ ਚਾਹੀਦਾ, ਔਨਲਾਈਨ ਦੇਖਣਾ ਚਾਹੀਦਾ, ਦੇਖਣਾ ਚਾਹੀਦਾ ਵੀ ਸਾਡੇ ਘਰ ਗੁਰਦੁਆਰਾ ਸਾਹਿਬ ਦੇ ਵਿੱਚ ਕੀ ਹੁੰਦਾ ਕੀ ਨਹੀਂ। ਇਹ ਤਾਂ ਵਿਚਾਰੇ ਸਵੇਰੇ ਆਉਂਦੇ ਆ, ਪਾਠ ਦਾ ਟਾਈਮ ਹੁੰਦਾ, ਪਾਠ ਕਰਵਾ ਕੇ ਕੀਰਤਨ ਕਰਵਾ ਕੇ ਚਲੇ ਜਾਂਦੇ ਆ, ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ 10 ਵਜੇ ਤੋਂ 11 ਵਜੇ ਤੋਂ ਬਾਅਦ ਕੋਈ ਨਹੀਂ ਹੁੰਦਾਗਾ। ਉਹ ਵੀ ਤੁਹਾਨੂੰ ਸਾਰਿਆਂ ਨੂੰ ਸੰਗਤਾਂ ਨੂੰ ਪਤਾ ਵੀ ਮੰਦਿਰ ਗੁਰਦੁਆਰੇ ਦੇ ਵਿੱਚ 12 ਵਜੇ ਤੋਂ ਬਾਅਦ ਕੋਈ ਵੀ ਨਹੀਂ ਹੁੰਦਾ, ਤਾਲੇ ਲੱਗ ਜਾਂਦੇ। ਜੋ ਕਰ ਰਹੇ ਆ ਉਹਨੂੰ ਤਾਂ ਪਤਾ ਹੋਣਾ ਚਾਹੀਦਾ, ਉਹਨੂੰ ਗੁਰੂ ਘਰ ਦੇ ਵਿੱਚ ਬੈਠੇ ਜਾਂ ਉਹਨੂੰ ਤਾਂ ਸ਼ਰਮ ਹੋਣੀ ਚਾਹੀਦੀ, ਉਹੀ ਤਾਂ ਅਸੀਂ ਪੁੱਛਦੇ ਪਏ ਆ। ਵੀਰ ਜੀ ਨੂੰ ਵੀ ਸ਼ਰਮ ਹੋਣੀ ਚਾਹੀਦੀ ਤੈਨੂੰ ਵੀ ਤੂੰ ਗੁਰੂ ਘਰ ਬੇਅਦਬੀ ਕਰਦਾ, ਦਾੜਾ ਪ੍ਰਕਾਸ਼ ਹੈ, ਸਾਰਾ ਕੁਝ ਤਿਆਰ ਆ ਤੂੰ, ਫਿਰ ਇਦਾਂ ਦੇ ਹਰਕਤਾਂ ਕਰਦਾ, ਮਾੜੀਆਂ ਹਰਕਤਾਂ ਚੰਗੀਆਂ ਨਹੀਂ ਲੱਗਦੀਆਂ ਗਿਆ। ਬਾਬਾ ਜੀ ਕੀ ਸਬੂਤ ਹੈਗਾ ਤੁਹਾਡੇ ਕੋਲ? ਕੋਈ ਹੈਗਾ ਕੁਝ? ਹੈਗਾ ਜੀ, ਹੈਗਾ, ਸਭ ਕੁਝ ਹੈਗਾ ਸਾਡੇ ਕੋਲ। ਸਾਡੇ ਕੋਲ ਰਿਕਾਰਡਿੰਗਾਂ ਵੀ ਪਈਆਂ ਨੇ ਤੇ ਆਨਲਾਈਨ ਬੰਦੇ ਵੀ ਮੰਨ ਗਿਆ ਸਾਡਾ, ਜਿਹੜਾ ਇਹਨਾਂ ਦਾ ਬੰਦੇ ਜਿਨ੍ਹਾਂ ਨੇ ਸਾਨੂੰ ਮੈਸੇਜ ਭੇਜਦੇ ਉਹਨਾਂ ਦੀਆਂ ਰਿਕਾਰਡਿੰਗਾਂ ਵੀ ਪਈਆਂ ਨੇ, ਤੇ ਉਹ ਵੀ ਬੰਦਾ ਆਪਾਂ ਸ਼ੋਅ ਕਰਦੇ ਹਾਂ ਸਾਹਮਣੇ। 2 ਮਿੰਟ ਰੁਕੋ, ਆ ਰਿਹਾ ਬੰਦਾ ਇੱਥੇ। ਹੁਣ ਕੀ ਸੋਲੂਸ਼ਨ ਨਿਕਲਿਆ? ਸੋਲੂਸ਼ਨ ਇਹ ਹੁਣ ਪ੍ਰਧਾਨ ਸਾਹਿਬ ਜੀ ਕਹਿੰਦੇ ਪਏ ਵੀ ਅਸੀਂ ਕਰਦੇ ਹਾਂ, ਬਾਕੀ ਬੈਠ ਲਓ ਪ੍ਰਧਾਨ ਸਾਹਿਬ ਜੀ ਕੀ ਕਹਿੰਦੇ ਹੈਗੇ। ਸਵੇਰੇ 1-2-3 ਕਰਕੇ ਫਰਕ ਕਰ ਦੇਣੇ ਨੇ, ਅਸੀਂ ਰੱਖਣੇ ਨਹੀਂ ਗੁਰੂ ਘਰ, ਅਸੀਂ ਗੁਰੂ ਘਰ ਇਹੋ ਜਿਹੀ ਚੀਜ਼ਾਂ ਰੱਖਣੀਆਂ ਨਹੀਂ ਹੈ, ਕਿਉਂਕਿ ਜਿਹੜਾ ਜੇ ਸਾਡੇ ਗੁਰੂ ਘਰ ਦੀ ਬਦਨਾਮੀ ਹੋ ਰਹੀ ਹੈ ਫਿਰ ਅਸੀਂ ਇਹਨਾਂ ਤੋਂ ਕੀ ਕਰਾਉਣਾ ਹੈਗਾ। ਬਾਬਾ ਜੀ ਕਿੰਨੇ ਸਾਲ ਤੋਂ ਰਹਿ ਰਹੇ ਨੇ? ਸਾਡੇ ਕੋਲ 12 ਸਾਲ ਤੋਂ ਰਹਿ ਰਿਹਾ, 12 ਤੋਂ ਵੀ ਸ਼ਾਇਦ 2 ਸਾਲ ਵਧੇ ਹੋਣ। ਕਦੇ ਵੀ ਲੱਗੇ? ਕਦੇ ਕੋਈ ਗੱਲ ਨਹੀਂ ਇਦਾਂ ਦੀ ਹੋਈ, ਪਤਾ ਨਹੀਂ ਲੱਗੇ, ਨਾ ਨਾ ਕੋਈ ਗੱਲ ਇਦਾਂ ਦੀ ਹੋਈ ਹੋ ਨਹੀਂ ਗੀ। ਇਹ ਪਿਛਲੇ 4-5 ਸਾਲ ਤੋਂ ਕੰਮ ਸਿੱਖਣ ਲੱਗੀ ਹੈ ਬੀਬੀ, ਉਹਨੇ 4 ਮਹੀਨੇ ਸਿੱਖਿਆ, 3 ਮਹੀਨੇ ਸਿੱਖਿਆ, ਕਿੰਨਾ ਕੁ ਸਿੱਖਿਆ, ਉੱਪਰ ਕਦੋਂ ਕਰਦੀ ਹੈ ਕਦੋਂ ਨਹੀਂ ਕਰਦੀ, ਕਮੇਟੀ ਨੂੰ ਕੁਛ ਨਹੀਂ ਨੌਲੇਜ ਹੈਗੀ। ਜੇ ਸਾਨੂੰ ਨੌਲੇਜ ਹੁੰਦੀ ਤਾਂ ਕੱਦਾਂ ਤੋਰਿਆ ਹੁੰਦਾ ਭਾਅ ਜੀ, ਇੱਥੇ ਗੁਰੂ ਘਰ ਅਸੀਂ ਇੱਦਾਂ ਦੀ ਮਰਿਆਦਾ ਨਹੀਂ ਭੰਗ ਹੋਣ ਦਿੰਦੇ ਹੈਗੇ, ਨਾ ਕਦੇ ਹੋਣ ਦਿੱਤੀ ਹੈਗੀ ਹੈ। ਅਸੀਂ ਤਾਂ ਲੋਕਾਂ ਨੂੰ ਦੱਸਦੇ ਸੀ ਹਾਂ ਇੱਦਾਂ ਹੋਣਾ ਚਾਹੀਦਾ, ਅਸੀਂ ਤਾਂ ਆਪ ਪ੍ਰਚਾਰਕ ਹਾਂ, ਅਸੀਂ ਹੁਣ ਬੈਠ ਕੇ ਸਟੇਜ 'ਤੇ ਪ੍ਰਚਾਰ ਕਰਨਾ ਹੈਗਾ, ਠੀਕ ਹੈ, ਅਤੇ ਅਸੀਂ ਰੋਕਾਂਗੇ ਨਹੀਂ।
ਸਵੇਰੇ ਛੁੱਟੀ ਹੈ ਇਹਦੀ, ਇਹਦੀ ਵਾਈਫ ਸਮੇਤ ਸਵੇਰੇ ਆਪਣਾ ਸਮਾਨ ਚੱਕਣਗੇ ਜਾਣਗੇ। ਜੇ ਇਸ ਤਰ੍ਹਾਂ ਦਾ ਕੁਛ ਪਾਇਆ ਗਿਆ, ਪਾਇਆ ਗਿਆ ਜੀ, ਨਾ ਪਾਇਆ ਗਿਆ ਵਾਲੀ ਗੱਲੇ ਨਹੀਂ ਹੈਗੀ, ਸਾਹਮਣੇ ਹੈ ਸਾਰਾ ਸਬੂਤ ਸਾਹਮਣੇ। ਇਹ ਆਏ ਨੇ ਤਾਂ ਕੁਛ ਕਰਕੇ ਹੀ ਆਏ ਨੇ ਨਾ, ਵੈਸੇ ਤਾਂ ਨਹੀਂ ਆਏ ਹੈਗੇ, ਆਏ ਨੇ ਤਾਂ ਫਿਰ ਠੀਕ ਹੈ, ਅਸੀਂ ਇਹਨਾਂ ਦਾ ਮਾਣ ਰੱਖਣਾ ਹੈਗਾ, ਹਾਂ ਅਸੀਂ ਤਾਂ ਜਵਾਬ ਦੇਵਾਂਗੇ ਇਹਨੂੰ। ਜਿਹੜੀ ਖਬਰ ਦਿੱਤੀ ਆ ਝੂਠੀ ਦਿੱਤੀ ਆ, ਹੋਰ ਕੋਈ ਗੱਲ ਨੀ ਹੈਗੀ ਬਾਬਾ ਜੀ। ਮਤਲਬ ਹੁਣ ਇਹਨਾਂ ਕੋਲ ਕਹਿੰਦੇ ਸਬੂਤ ਵੀ ਹੈਗੇ ਨੇ ਸਾਰਾ ਕੁਝ, ਪਰ ਗੁਰੂ ਘਰ ਦੇ ਵਿੱਚ ਸਬੂਤ ਕਿਹੜੇ ਪਤਾ ਲੱਗੇ ਨਾ, ਸਬੂਤ ਵੀ ਕਿਹੜੇ ਬਾਬਾ ਮੈਨੂੰ ਦਿਖਾ ਦੇ ਦੇ, ਫਿਰ ਸਜ਼ਾ ਕੀ ਤੈਨੂੰ ਦਈਏ, ਤੂੰ ਦੱਸ ਮਰਜ਼ੀ ਜੋ ਕਰੋ, ਕੁਛ ਨਹੀਂ ਇੱਥੇ ਕਰਨਾ, ਤੈਨੂੰ ਕੀ ਲਾਈਏ, ਲਾ ਦਿਓ ਜੋ ਤੁਹਾਡਾ ਲਾਣਾ ਬਾਬਾ ਜੀ, ਕੁਛ ਤੁਹਾਡੀ ਤੁਹਾਡੀ ਇਹ ਤਾਂ ਸੇਵਾ ਪੂਰੀ ਕਰਦਾ ਵਾ, ਠੀਕ ਹੈ ਨਾ, ਇਹ ਆਪਾਂ ਕਹਿ ਸਕਦੇ ਆ ਵੀ ਇਹ ਗੁਰਦੁਆਰਾ ਸਾਹਿਬ ਨਹੀਂ ਰਹਿ ਸਕਦਾ, ਹਾਂ ਠੀਕ ਹੈ ਨਾ, ਇਹ ਗੁਰਦੁਆਰਾ ਸਾਹਿਬ ਦਾ ਕੰਮ ਏਸੀ ਦਾ, ਗੁਰੂ ਹਜੂਰੀ ਚ ਨਹੀਂ ਰਹਿ ਸਕਦਾ, ਸਵੇਰੇ ਸ਼ਾਮ ਗੁਰੂ ਘਰ ਕੰਮ ਕਰਦਾ, ਬਾਕੀ ਦਿਨ ਏਸੀ ਦਾ। ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਬਾਬਾ ਜੀ ਇੱਥੇ ਇਕੱਤਰ ਹੋਏ ਆਪਣੀ ਟੀਮ ਲੈ ਕੇ, ਇਹਨਾਂ ਨੂੰ ਪਿਛਲੇ ਕਾਫੀ ਸਮੇਂ ਤੋਂ ਇਨਫੋਰਮੇਸ਼ਨ ਮਿਲੀ ਸੀ ਗੁਰਦੁਆਰੇ ਦੇ ਵਿੱਚ ਕੋਈ ਗੈਰ ਕਾਨੂੰਨੀ ਕੰਮ ਜਿਹੜਾ ਕਿ ਗੁਰੂ ਦੀ ਮਰਿਆਦਾ ਤੋਂ ਉਲਟ ਹੋ ਰਿਹਾ, ਕਿਉਂਕਿ ਜਿਹੜੇ ਸੇਵਾਦਾਰ ਨੇ ਉਹਨਾਂ ਦੀ ਵਾਈਫ ਦੇ ਬਾਲ ਵੀ ਕੱਟੇ ਹੋਏ ਨੇ ਅਤੇ ਬਿਊਟੀ ਪਾਰਲਰ ਦਾ ਕੰਮ ਵੀ ਕਰਦੀ ਆ, ਉਹਨੇ ਇੱਥੇ ਔਨ ਕੈਮਰਾ ਮੰਨਿਆ ਵੀ, ਐਕਸੈਪਟ ਵੀ ਕੀਤਾ, ਇਹ ਬਹੁਤ ਹੀ ਨਿੰਦਣਯੋਗ ਅਤੇ ਮੰਦਭਾਗੀ ਵੀ ਜਿਹੜੀ ਗੁਰੂ ਘਰ ਦੇ ਵਿੱਚ ਰਹਿ ਕੇ ਆਪਾਂ ਗੁਰੂ ਘਰ ਦੀ ਬੇਅਦਬੀ ਕਰ ਰਹੇ ਹਾਂ, ਇਹ ਬਹੁਤ ਹੀ ਮਾੜੀ ਗੱਲ ਆ, ਇਹ ਨਹੀਂ ਹੋਣਾ ਚਾਹੀਦਾ। ਬਾਕੀ ਸੇਵਾਦਾਰ ਜੀ ਨੇ ਕਹਿਤਾ ਵੀ ਅਸੀਂ ਇਹਨਾਂ ਦੀ ਛੁੱਟੀ ਕਰਨ ਲੱਗੇ ਹਾਂ, ਕਿਉਂਕਿ ਉਹਨਾਂ ਨੌਲੇਜ ਨਹੀਂ ਸੀ, ਬਾਕੀ ਵਗੈਰਾ ਕੈਮਰੇ ਵਗੈਰਾ ਲੱਗੇ ਹੋਏ ਨੇ ਪਰ ਉਹਨਾਂ ਦੇ ਧਿਆਨ 'ਚ ਨਹੀਂ ਆਇਆ, ਅੱਜ ਅਸੀਂ ਉਹਨਾਂ ਧਿਆਨ 'ਚ ਲਿਆਂਦਾ ਅਤੇ ਸਾਰਾ ਜੋ ਕਿ ਪੱਖ ਸੁਣਨ ਤੋਂ ਬਾਅਦ ਉਹਨੇ ਐਕਸੈਪਟ ਵੀ ਕਰ ਲਿਆ ਵੀ ਮੈਂ ਵਾਕਈ ਮੇਰੇ ਘਰ ਵਾਲੀ ਬਿਊਟੀ ਪਾਰਲਰ ਦਾ ਕੰਮ ਸਿੱਖੀ ਸੀ ਅਤੇ ਕਰਦੇ ਹਾਂ ਗਲਤੀ, ਹਾਂਜੀ, ਇਸ ਕਰਕੇ ਜਥੇਦਾਰ ਸਾਹਿਬ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਮੌਕੇ 'ਤੇ ਡਿਸੀਜਨ ਲਿਆ ਅਤੇ ਸਾਰੀ ਸੰਗਤ ਦਾ ਮਾਣ ਰੱਖਿਆ ਅਤੇ ਬਹੁਤ ਅੱਛੀ ਗੱਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।